ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਨੂੰ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਸਰਕਾਰੀ ਬੈਂਕਾਂ ਵਿੱਚ ਭਰਤੀ ਜਿਹੜੀ ਜੀ ਨਿਕਲ ਕੇ ਆ ਚੁੱਕੀ ਹੈ ਕੌਣ-ਕੌਣ ਕੈਂਡੀਡੇਟ ਇਸ ਲਈ ਅਪਲਾਈ ਕਰ ਸਕਦਾ ਹੈ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਐਲੀਜੀਬਿਲਿਟੀ ਕਰਾਈਟੇਰੀਆ ਕੀ ਰਹੇਗਾ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਦੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਸ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਸ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਉਹਦੇ ਲਈ ਗੂਗਲ 'ਤੇ ਜਾ ਕੇ ਟਾਈਪ ਕਰੋ meetacademy.xyz ਫਰਸਟ ਨੰਬਰ ਤੋਂ ਸਾਡੀ ਵੈਬਸਾਈਟ ਜਿੱਡੀ ਅਜੀ ਉਹ ਮਿਲ ਜਾਵੇਗੀ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉਹਦੇ ਵਿੱਚ ਬਾਕੀ ਇਨਫੋਰਮੇਸ਼ਨ ਤੁਹਾਨੂੰ ਨਾਲ ਸ਼ੇਅਰ ਕਰਦਾ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਸੋ ਇਸ ਦੇ ਵਿੱਚ ਲੋਕੇਸ਼ਨ ਜਿਹੜੀ ਰਹੇਗੀ ਜੀ ਇਹ ਜਿਹੜੀ ਆਲ ਇੰਡੀਆ ਰਹਿਣ ਵਾਲੀ ਇਸ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ 1 ਅਗਸਤ 2022 ਨੂੰ ਰਿਲੀਜ਼ ਕੀਤਾ ਗਿਆ ਹੈ ਜੀ ਐਪਲੀਕੇਸ਼ਨ ਜਿਹੜੀਆਂ ਨੇ 2 ਅਗਸਤ 2022 ਤੋਂ ਸਟਾਰਟ ਹੋ ਗਈਆਂ ਨੇ ਆਲਰੇਡੀ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ 22 ਅਗਸਤ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਏਗਾ ਜੀ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਇਸ ਦੇ ਵਿੱਚ ਕਿਹੜੀ ਕਿਹੜੀ ਵੈਕੈਂਸੀਸ ਦੇ ਲਈ ਤੁਹਾਨੂੰ ਕੀ ਕੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਭਰਨੀ ਪਏਗੀ ਜਿਹੜੇ ਜਨਰਲ OBC ਤੇ ਅਦਰ ਕੈਂਡੀਡੇਟ ਨੇ ਉਹਨਾਂ ਨੂੰ 850 ਰੁਪਏ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਭਰਨੀ ਹੋਏਗੀ SC ST PWD ਤੇ women candidate ਉਹਨਾਂ ਨੂੰ 175 ਰੁਪਏ ਜਿਹੜੀ ਹੈ ਜੀ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਭਰਨੀ ਹੋਏਗੀ ਇਹਦੇ ਵਿੱਚ ਵੈਕੈਂਸੀਸ ਦੀ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ ਉਹ ਹੈਗੀ ਹੈ ਪ੍ਰੋਬੇਸ਼ਨਰੀ ਅਫੀਸਰ ਦੀ ਜੋ ਕਿ ਪੀਓ ਦੀ ਹੈ ਸੋ ਇਸ ਦੇ ਵਿੱਚ 20 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ एलिजिਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ 3400 ਤੋਂ ਵੱਧ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ एलिजिਬਿਲਟੀ ਦੀ ਅਗਰ ਮੈਂ ਗੱਲ ਕਰਾਂ ਜਿੰਨਾ ਕੈਂਡੀਡੇਟ ਨੇ ਬੈਚਲਰ ਡਿਗਰੀ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਕੀਤੀ ਹੋਈ ਹੈ ਮਤਲਬ ਕਿ ਕੋਈ ਵੀ ਤੁਹਾਡੇ ਕੋਲ ਸਬਜੈਕਟ ਸੀਗਾ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਬੋਰਡ ਤੋਂ ਤੁਸੀਂ ਕੀਤਾ ਹੋਇਆ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਪਾਣੇ ਹੋ ਸੋ ਨੈਕਸਟ ਅਗਰ ਗੱਲ ਕਰੀ ਇਸ ਦੇ ਵਿੱਚ ਇਸ ਦੇ ਵਿੱਚ ਥੋੜੀ ਸਿਲੈਕਸ਼ਨ ਪ੍ਰੋਸੈਸ ਕਿਦਾਂ ਹੋਣਾ ਹੈ ਜੀ ਉਹ ਦੱਸ ਦਿੰਨਾ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇਹ ਚ ਪ੍ਰੀ ਐਗਜ਼ਾਮ ਹੋਏਗਾ ਦੈਨ ਉਸ ਤੋਂ ਬਾਅਦ ਤੁਹਾਡਾ ਮੇਨ ਐਗਜ਼ਾਮ ਹੋਏਗਾ ਇਸ ਦੇ ਵਿੱਚ ਰਿਟਨ ਐਗਜ਼ਾਮ ਦੇ ਲਈ ਸਿਲੇਬਸ ਜਿਹੜਾ ਹੈ ਉਹ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਵਾਂਗਾ ਨੋਟੀਫਿਕੇਸ਼ਨ ਤੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਅਪਲਾਈ ਕਰਨ ਦੇ ਲਈ ਇਸ ਲਈ ਸਿਰਫ ਔਰ ਸਿਰਫ ਔਨਲਾਈਨ ਅਪਲੀਕੇਸ਼ਨ ਜਿਹੜੀਆਂ ਨੇ ਉਹ ਇਨਵਾਈਟ ਕੀਤੀਆਂ ਗਈਆਂ ਨੇ ਕੋਈ ਵੀ ਹੋਰ ਮੋਡ ਜਿਹੜਾ ਐਪਲਾਈ ਕਰਨ ਦਾ ਉਹ ਨਹੀਂ ਹੈਗਾ ਸੋ ਤੁਸੀਂ ਇਹਦੇ ਲਈ ਲਿੰਕ ਤੇ ਕਲਿੱਕ ਕਰਨਾ ਹੈ ਜੀ ਇਹ ਤੁਸੀਂ ਲਿੰਕ ਜਿਹੜਾ ਉਹ ਦੇਖ ਪਾ ਰਹੇ ਹੋ ਸਭ ਤੋਂ ਪਹਿਲਾ ਲਿੰਕ ਜਿਹੜਾ ਹੈ ਆਨਲਾਈਨ ਅਪਲਾਈ ਕਰਨ ਦਾ ਸੈਕੰਡ ਲਿੰਕ ਜਿਹੜਾ ਪੀਡੀਐਫ ਦਾ ਤੁਸੀਂ ਪੀਡੀਐਫ ਡਾਊਨਲੋਡ ਕਰਕੇ ਵੀ ਚੈੱਕ ਕਰ ਸਕਦੇ ਹੋ ਔਰ ਆਨਲਾਈਨ ਐਪਲੀਕੇਸ਼ਨ ਦੇ ਲਈ ਸਾਰੀ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਲਿਖੀਆਂ ਹੋਈਆਂ ਨੇ ਤਬ ਤੋਂ ਪਹਿਲਾ ਸਟੈਪ ਰਜਿਸਟ੍ਰੇਸ਼ਨ ਕਰਨੀ ਹੈ ਸੈਕੰਡ ਸਟੈਪ ਤੁਸੀਂ ਇਹਦੇ ਵਿੱਚ ਆਪਣਾ ਫਾਰਮ ਫਿਲ ਕਰਨਾ ਹੈ ਪਲੱਸ ਨਾਲ ਆਪਣੇ ਡਾਕੂਮੈਂਟ ਜਿਹੜੇ ਨੇ ਉਹ ਅਪਲੋਡ ਕਰਨੇ ਨੇ ਜਿਹੜੀ ਵੀ ਡਿਜ਼ਾਇਬਲ ਮਤਲਬ ਉਹਨਾਂ ਨੇ ਫਾਰਮੈਟ ਲਿਖਿਆ ਹੋਇਆ ਹੈ ਜੇ ਕਿੰਨੇ MB ਦਾ KB ਦਾ ਤੁਸੀਂ ਉਹੀ ਪਰਣਾ ਹੈ ਉਹ ਡਿਟੇਲਸ ਧੂੜ ਪੜ ਕੇ ਅਪਲਾਈ ਕਰਨਾ ਤੁਸੀਂ ਬਾਕੀ ਸਾਰੀਆਂ ਇਨਸਟਰਕਸ਼ਨ ਸੇਮ ਨੇ ਐਪਲੀਕੇਸ਼ਨ ਫੀ ਆਨਲਾਈਨ ਪੇ ਹੋਏਗੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਦੇ ਥਰੂ ਉਹ ਤੁਸੀਂ ਪੇ ਜਿਹੜੀ ਹੈ ਉਹ ਕਰ ਦੇਣੀ ਹੈ ਜੀ ਇਸ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਜੀ ਪ੍ਰੀ ਐਗਜ਼ਾਮ ਤੇ ਮੇਨ ਐਗਜ਼ਾਮ ਹੋਏਗਾ ਵੱਲੋਂ ਆਊਟ ਕੀਤਾ ਗਿਆ ਜੋ ਕਿ ਇੰਸਟੀਚਿਊਟ ਆਫ ਪਰਸਨਲ ਸਿਲੈਕਸ਼ਨ ਰੂਰਲ ਬੈਂਕ ਵੱਲੋਂ ਆਊਟ ਕੀਤਾ ਗਿਆ ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰਨਾ ਸਾਰੇ ਹੀ ਬੈਂਕ ਜਿਹੜੇ ਨੇ ਸਰਕਾਰੀ ਜਿੰਨੇ ਵੀ ਬੈਂਕ ਨੇ ਉਹ ਸਾਰੇ ਬੈਂਕ ਆਉਂਦੇ ਨੇ ਚਾਹੇ ਯੂਕੋ ਬੈਂਕ ਹੋਵੇ ਚਾਹੇ ਪੀਐਨਬੀ ਬੈਂਕ ਹੋਣ ਜਾਂ ਬਾਕੀ ਹੋਰ ਵੀ ਬੈਂਕਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਇਹ ਜਿਹੜੀਆਂ ਵੈਕੈਂਸੀਸ ਨੇ ਉਹ ਆਊਟ ਹੁੰਦੀਆਂ ਨੇ ਸੋ ਉਹਨਾਂ ਦੀ ਸਿਲੈਕਸ਼ਨ ਜਿਹੜੀ ਹੈ ਜੀ ਆਈਬੀਪੀਐਸ ਕਰਵਾਉਂਦਾ ਹੈ ਸੋ ਉਹਦੇ ਥਰੂ ਹੀ ਇਹ ਟੈਸਟ ਜਿਹੜਾ ਹੈ ਜੀ ਲਿੱਤਾ ਜਾਏਗਾ ਪ੍ਰੀ ਅਤੇ ਮੇਨ ਦੋਨੋਂ ਹੀ ਸੋ ਜ਼ਰੂਰ ਤੁਸੀਂ ਅਪਲਾਈ ਕਰ ਲੈਣਾ ਲਿੰਕ ਡਿਸਕ੍ਰ ਇਸ নোਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ নোਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ